ਮੈਂ ਖੜਿਆ ਜੀ ਸ਼ਿਮਲਾ ਦੇ ਕੁਫਰੀ ਦੇ ਵਿੱਚ, ਇੱਥੇ ਕੁਛ ਆਪਣੇ ਪੰਜਾਬੀ ਵੀਰ ਖੜੇ ਨੇ, ਇਹਨਾਂ ਨੂੰ ਸੁਚੇਤ ਕਰ ਦਈਏ ਕਿ ਹਿਮਾਚਲ ਨਹੀਂ ਆਉਣਾ ਚਾਹੀਦਾ, ਪਤਾ ਨਹੀਂ ਕਿਵੇਂ ਆ ਗਏ। ਵੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਹਿਮਾਚਲ ਖੜੇ ਹੋ, ਹਿਮਾਚਲ ਤੋਂ ਪੰਜਾਬੀ ਨੂੰ ਮਾਰਿਆ ਜਾ ਰਿਹਾ, ਕੁੱਟਿਆ, ਤੁਸੀਂ ਹਿਮਾਚਲ ਆ ਗਏ ਜੀ? ਨਹੀਂ, ਏਦਾਂ ਦੀ ਕੋਈ ਗੱਲ ਨਹੀਂ ਹੈ ਜੀ। ਅੱਛਾ, ਇਹ ਵੀਡੀਓ ਬੜੀ ਚੱਲ ਰਹੀ ਹੈ, ਨਹੀਂ ਥੋੜ੍ਹਾ ਦੱਸੋ ਸਹੀ ਕੀ ਹੈ ਗੱਲਬਾਤ ਹੈ ਜੀ? ਦੇਖੋ ਜੀ, ਉਹ ਤਾਂ ਕੁਛ ਕੁ ਪਰਸੈਂਟ ਹੈ ਜੀ, ਮਤਲਬ ਕੋਈ ਕਿਸੇ ਨਾਲ ਹੋ ਗਿਆ ਏਦਾਂ ਦੀ, ਬਾਕੀ ਸਾਡੇ ਨਾਲ ਤਾਂ ਅਸੀਂ ਤਾਂ ਟੈਕਸੀ ਗੱਡੀਆਂ ਲੈ ਕੇ ਆਉਂਦੇ ਜੀ। ਠੀਕ ਹੈ ਜੀ, ਸਾਡੇ ਨਾਲ ਤਾਂ ਇੱਦਾਂ ਦੀ ਕੋਈ ਗੱਲਬਾਤ ਹੋਈ ਨਹੀਂ ਹੈ, ਨਾ ਅਸੀਂ ਦੇਖੀ ਹੈ, ਠੀਕ ਹੈ, ਨਾ ਸਾਡੇ ਸਾਹਮਣੇ ਹੋਈ ਹੈ ਕੋਈ ਜੀ। ਬਾਕੀ ਅਸੀਂ ਵੀ ਸੁਣਿਆ ਹੀ ਹੈ, ਵੀਡੀਓ ਦੇਖੀਆਂ, ਬਸ ਬਾਕੀ ਇੰਨਾ ਤਾਂ ਅਸੀਂ ਕੁਛ ਵੀ ਨਹੀਂ ਦੇਖਿਆ। ਮਤਲਬ ਹਰ ਹਫ਼ਤੇ ਅਸੀਂ ਹਿਮਾਚਲ ਆਉਂਦੇ ਹੈ, ਪੰਜਾਬ ਵੀ ਜਾਂਦੇ ਹੈ, ਦਿੱਲੀ ਜਾਂਦੇ ਹੈ, ਸਾਡੇ ਨਾਲ ਇੱਦਾਂ ਦਾ ਕੋਈ ਉਹ ਨਹੀਂ ਹੋਇਆ ਹੈਗਾ ਜੀ। ਕੁਛ ਆਨਸਰ ਹੁੰਦੇ ਨਹੀਂ ਜਿਹਨਾਂ ਨਾਲ, ਮਤਲਬ ਫਿਲਹਾਲ ਇਹ ਚੀਜ਼ਾਂ ਹੋ ਜਾਂਦੀਆਂ, ਥੋੜ੍ਹਾ ਜਿਹਾ ਤੁਹਾਨੂੰ ਪਤਾ ਉਹ ਚੀਜ਼ ਨੂੰ ਬੜਾਵਾ ਕਰ ਦਿੰਦੇ ਨਾ ਇਹ। ਬਿਲਕੁਲ ਬਿਲਕੁਲ, ਅਤੇ ਪ੍ਰੋਪਰ ਮਤਲਬ ਜਿੰਨਾ ਕਿ ਦੇਖਿਆ ਨਾ ਸਾਡੇ ਸਾਹਮਣੇ ਇਹੋ ਜਿਹਾ ਕੁਛ ਨਹੀਂ ਹੋਇਆ। ਠੀਕ ਹੈ ਜੀ, ਅਸੀਂ ਕੰਟੀਨਿਊ ਆ ਰਹੇ ਹਾਂ, 2-3 ਮਹੀਨੇ ਤੋਂ ਹੁਣ ਟੂਰ ਸਾਡੇ ਚੱਲ ਰਹੇ ਆ, ਥੋੜ੍ਹਾ ਚਲੋ ਸਾਡਾ ਹੁਣ ਮੰਦਾ ਪੈ ਜਾਂਦਾ ਜਿੱਦਾਂ ਹੁਣ ਬਰਸਾਤ ਸ਼ੁਰੂ ਹੋਇਆ, ਫਿਲਹਾਲ ਕੁਛ ਇੱਦਾਂ ਦਾ ਸਾਡੇ ਸਾਹਮਣੇ ਨਹੀਂ ਹੋਇਆ, ਔਰ ਸਾਡੇ ਨਾਲ ਨਹੀਂ ਹੋਇਆ। ਜਿਹੜੇ ਵੀਰ ਪਹਿਲੀ ਵਾਰ ਹਿਮਾਚਲ ਆ ਰਹੇ ਨੇ ਜਾਂ ਹਿਮਾਚਲ ਹੀ ਕਈ ਕਿਸੇ ਹੋਰ ਸਟੇਟ ਵੱਲ ਜਾ ਰਹੇ ਨੇ, ਉਹਨਾਂ ਨੂੰ ਕਿਹੜੀ ਕਿਹੜੀ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਇਹ ਜ਼ਰੂਰ ਦੱਸੋ ਜੀ, ਕਿਉਂਕਿ ਆਪ ਜੀ ਡਰਾਈਵਰ ਵੀਰ, ਆਪ ਜੀ ਨੂੰ ਬਿਹਤਰ ਪਤਾ ਹੋਵੇ। ਸਾਵਧਾਨੀ ਤਾਂ ਇੱਦਾਂ ਜੀ, ਦੇਖੋ ਜੀ, ਕੋਈ ਤੁਹਾਡੇ ਨਾਲ ਬਹਿਸਬਾਜ਼ੀ ਕਰਦਾ ਬਿਨਾਂ ਮਤਲਬ ਤੇ, ਜੀ ਜੀ, ਨਾ ਬਹਿਸੋ ਕਿਸੇ ਨਾਲ ਫਾਲਤੂ, ਮਤਲਬ ਗੱਲੇ ਨਾ ਕਰੋ ਜੀ, ਬਿਲਕੁਲ ਆਪਣਾ ਜੋ ਆਪਣੇ ਕੰਮ ਤੁਸੀਂ ਜਾ ਰਹੇ ਹੋ ਆਪਣਾ ਕੰਮ ਕਰੋ ਜੀ, ਬਹੁਤਾ ਲੋੜ ਨਹੀਂ ਕਿਸੇ ਨਾਲ ਬੋਲਣ ਦੀ, ਮਤਲਬ ਫਾਲਤੂ ਆਪਣਾ। ਇੱਕ ਗੱਲ ਕਹੀ ਜਾਂਦੀ ਕਿ ਪਾਰਕਿੰਗ ਦੀ ਬੜੀ ਦਿੱਕਤ ਆਉਂਦੀ ਹੈ, ਪਾਰਕਿੰਗ ਦੀ ਕੀ ਪ੍ਰੋਬਲਮ ਹੁੰਦੀ ਹੈ ਜੀ? ਨਹੀਂ ਨਹੀਂ, ਪਾਰਕਿੰਗ ਤਾਂ ਦੇਖੋ ਜੀ ਹਰ ਜਗ੍ਹਾ, ਹੁਣ ਹਿੱਲ ਸਟੇਸ਼ਨ 'ਤੇ ਤੁਹਾਨੂੰ ਪਤਾ ਹੀ ਆ, ਪਾਰਕਿੰਗ ਦੀ ਤਾਂ ਦਿੱਕਤ ਹੁੰਦੀ ਹੋ ਜਾਂਦੀ। ਹਾਂਜੀ ਹਾਂਜੀ, ਬਾਕੀ ਜਿੱਥੇ ਜਗ੍ਹਾ ਮਿਲਦੀ ਆ ਲਾਵੇ ਉੱਥੇ ਜੀ, ਬਾਕੀ ਇੱਦਾਂ ਦਾ ਕੋਈ ਰੌਲਾ ਨਹੀਂ ਹੈ ਵੀ ਨਹੀਂ ਇੱਥੇ ਪਾਰਕਿੰਗ ਨਹੀਂ ਕਰਨ ਦੇਣੀ ਜਾਂ ਇੱਦਾਂ ਦਾ ਕੋਈ ਉਹ ਨਹੀਂ ਹੈ, ਕੋਈ ਦਿੱਕਤ ਨਹੀਂ। ਠੀਕ ਹੈ, ਅਖੀਰ ਦੇ ਵਿੱਚ ਜਿਹੜੇ ਸ਼ਰਾਰਤੀ ਅਨਸਰ ਇਹ ਅਫਵਾਹ ਫੈਲਾ ਰਹੇ ਨੇ ਜੀ ਹਿਮਾਚਲ 'ਚ ਨਾ ਜਾਓ, ਬਾਇਕਾਟ ਹਿਮਾਚਲ, ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਆਪ ਜੀ? ਉਹਨਾਂ ਨੂੰ ਤਾਂ ਅਸੀਂ ਐਂ ਕਹਿੰਦੇ ਹਾਂ ਜੀ ਵੀ ਇਹ ਕੰਮ ਨਾ ਕਰੋ ਜੀ, ਸਭ ਦੀ ਰੋਜ਼ੀ ਰੋਟੀ ਹੈ। ਜੇ ਉਹ ਹੁਣ ਕਹਿ ਰਹੇ ਹੈ ਅੱਧੇ ਬੰਦੇ ਇਹਨਾਂ ਦੇ, ਇਹ ਸੁਣ ਕੇ ਹਿਮਾਚਲ ਆਉਣਾ ਬੰਦ ਕਰ ਦੇਣਾ ਜੀ। ਹਾਂਜੀ ਹਾਂਜੀ, ਜੀ ਜੀ ਜ਼ਰੂਰ ਜੀ, ਆਪ ਜੀ ਚਾਰ ਦੇ ਸਕਦੇ ਹੋ ਜਨਾਬ। ਇਹ ਇੱਕ ਮਾਸੂ ਪੀਕ ਯਹਾਂ ਆਪ ਇਸ ਟਾਈਮ ਲੰਬੀ ਧਾਰ ਮੈਂ, ਇਹ ਕੁਫਰੀ ਜੋ ਹੈ ਇੱਕ ਵਰਲਡ ਮੈਪ ਪੇ ਜਾਨਾ ਜਾਤਾ ਹੈ ਕਿ ਹਿਮਾਚਲ ਕਾ ਇਹ ਪੀਸਫੁਲ ਜਗ੍ਹਾ ਹੈ। ਤੋ ਜੈਸਾ ਕਿ ਹਮ ਸਭੀ ਲੋਗੋ ਸੇ ਇਹ ਕਹਿਣਾ ਚਾਹਤਾ ਹੂੰ, ਭਾਈ ਹਮ ਭਾਰਤਵਾਸੀ ਸਭ ਜਬ ਏਕ ਹੈ ਨਾ, ਤੋ ਹਰ ਬੰਦੇ ਕੇ ਅੰਦਰ ਇੱਕ ਭਾਰਤ ਬਸਨਾ ਚਾਹੀਏ, ਹਮੇ ਖੇਤਰਵਾਦ ਮੇਂ ਜਾਤੀਵਾਦ ਮੇਂ ਨਹੀਂ ਲੜਨਾ ਚਾਹੀਏ। ਹਿਮਾਚਲ ਕਾ ਲੋਕਲ ਹੋ ਭਾਈ, ਯਹਾਂ ਕਾ ਮੈਂ ਪ੍ਰੋਪਰਲੀ ਯਹਾਂ ਕਾ ਹੂੰ ਮੈਂ, ਬੇਸਿਕਲੀ ਹਮ ਜਿੱਤੇ ਕੈਸੇ ਕਿ ਮੈਂ ਭਾਰਤ ਕਾ ਹੂੰ, ਪੰਜਾਬ ਵੀ ਮੇਰਾ ਹੈ, ਆਸਾਮ ਵੀ ਮੇਰਾ ਹੈ, ਡਰਾਈਵਰ ਬੰਦਾ ਹੈ, ਆਲ ਇੰਡੀਆ ਪਰਮਿਟ ਚਲਾਤਾ ਹੈ ਜਬ, ਤੋ ਪੂਰੇ ਭਾਰਤ ਮੇਂ ਚਲਤਾ, ਉਸਕਾ ਅਧਿਕਾਰ ਜੋ ਹੈ ਪੂਰੇ ਭਾਰਤ ਕੇ ਅੰਦਰ ਹੈ, ਕਿਉਂਕਿ ਭਾਰਤ ਹੈ, ਨੈਸ਼ਨਲ ਪਰਮਿਟ ਗਾੜੀਆਂ ਚਲਤੀ ਹੈ, HP 01 ਗਾੜੀਆਂ ਨੈਸ਼ਨਲ ਹੋਤੀ ਹੈ, ਹਮ ਡਰਾਈਵਰ ਹੈ, ਮੇਰਾ ਪੇਸ਼ਾ ਵੀ ਡਰਾਈਵਰ ਰਹਾ ਹੂੰ ਮੈਂ, HGV ਕਾ ਮੈਂ ਗੁਡਸ ਕੈਰੀਅਰ ਗਾੜੀ ਵੀ ਚਲਾਤਾ ਹੂੰ ਮੈਂ, ਤੋ ਮੇਰਾ ਜਿਤਨੇ ਵੀ ਭਾਈ ਲੋਗ ਹੈ, ਦੇਖੋ ਇਹ ਇੱਕ ਬਿਜ਼ਨਸ ਹੈ, ਬਿਜ਼ਨਸ ਬਿਜ਼ਨਸ ਕੀ ਜਗ੍ਹਾ ਹੈ, ਸਭਸੇ ਪਹਿਲੇ ਹਮ ਇਨਸਾਨੀਅਤ ਕੀ ਤਰ੍ਹਾਂ ਜੀਏ, ਫਿਰ ਹਰ ਭਾਈ ਕਾ ਆਪਣਾ ਪੇਸ਼ਾ ਹੈ, ਅਗਰ ਹਮ ਆਪਣੇ ਰੋਜ਼ਗਾਰ ਪੇ ਆਪਣੀ ਡਿਊਟੀ ਨਹੀਂ ਦੇਂਗੇ ਤੋ ਕੋਈ ਕਿਸੇ ਨੂੰ ਨਹੀਂ ਪਾਲੇਗਾ ਭਾਈ, ਬਿਲਕੁਲ ਬਿਲਕੁਲ, ਠੀਕ ਹੈ ਨਾ। ਔਰ ਟੂਰਿਸਟ ਲੋਕ ਵੀ ਆਪਣਾ ਸਮਾਂ ਬਰਬਾਦ ਕਰਤੇ, ਪੈਸਾ ਬਰਬਾਦ ਕਰਤੇ, ਕਿਉਂ ਕਿ ਚਲੋ ਬਈ ਘੁੰਮਤੇ ਕਾਂ ਜਾਏ, ਹਿਮਾਚਲ ਜਾਏ, ਕਸ਼ਮੀਰ ਜਾਏ, ਹਮ ਵੀ ਜਾਤੇ, ਚਲੋ ਜੀ ਪੰਜਾਬ ਜਾਏ, ਕਹੀ ਵੀ ਜਾਏ, ਲੇਕਿਨ ਇਹ ਤੋ ਇੱਕ ਪ੍ਰਯਟਕ ਸਥਲ ਹੈ ਜਨਾਬ ਜੀ, ਬਿਲਕੁਲ। ਲੇਕਿਨ ਜੋ ਅੱਜ ਕੱਲ੍ਹ ਜੋ ਵਾਰਦਾਤਾਂ ਗੁਜ਼ਰ ਰਹੀ ਹੈ, ਜੋ ਦੇਖਣੇ ਮੈਂ ਆ ਰਹਾ ਹੈ ਕਿ ਬਈ ਪੰਜਾਬ ਜਾਂ ਹਿਮਾਚਲ ਆਪਸ ਮੇਂ ਖੇਤਰਵਾਦ ਬਣ ਰਹਾ ਹੈ, ਜਾਂ ਤੋ ਕੋਈ ਇਸਮੇਂ ਕੋਈ ਬੜੇ ਰਾਜਨੀਤਿਕ ਦਲ ਇਸਮੇਂ ਐਸਾ ਕੋਈ ਅੰਦੋਲਨ ਛੇੜਨਾ ਚਾਹ ਰਹੇ ਹੈ, ਜਿਸਸੇ ਖੇਤਰਵਾਦ ਮੇਂ ਇੱਕ ਛੋਟੀ ਸੀ ਚਿੰਗਾਰੀ ਡਾਲ ਕੇ ਉਸਮੇਂ ਘੀ ਡਾਲਣੇ ਕਾ ਕਾਮ ਹੂੰ, ਯਾ ਤੋ ਕੋਈ ਐਸਾ ਪੁਆਇੰਟ ਵਿਊ ਮਿਲ ਜਾਏ, ਤੋ ਮੈਂ ਹਮ ਤੋ ਇਹ ਬੋਲੇ ਕੋਈ ਵੀ ਐਸੀ ਵਾਰਦਾਤ ਜੋ ਤੋ ਦੇਖੋ ਗੁਜ਼ਰ ਗਈ, ਜੋ ਤੋ ਮਰ ਗਿਆ ਕਹਤੇ ਉਸ ਫੁਕਣਾ ਪੜਤਾ ਔਰ ਭੁੱਲਣਾ ਪੜਤਾ, ਇਤਨਾ ਵੀ ਨਾ ਭੁੱਲੇ ਕਿ ਮਤਲਬ ਐਸਾ ਵੀ ਨਾ ਹੋ ਕਿ ਹਮਾਰੇ ਕੋ ਕਿਆ ਸੋਚਣਾ ਹੈ ਕਿ ਇੱਕ ਤੋ ਹਮੇ ਆਪਣੇ ਰੋਜ਼ਗਾਰ ਕੀ ਤਰਫ ਧਿਆਨ ਦੇ, ਸਭ ਲੋਕੋ ਕਾ ਰੋਜ਼ਗਾਰ ਹੈ, ਪਰਿਵਾਰ ਪਾਲਤੇ,
फिर इतने दूर दूर से भारत के लोग घूमने आते हैं भाई, टैक्सी हायर करेंगे भैया हमें साइट सीन कराओ, ड्राइवर भाई शिमला आएगा मनाली जाएगा, तो मतलब बाई रोड ही गुजरना पड़ता है। फिर रोडों की परिस्थितियां सभी जानते हैं जी जी जी, वो रोड व्यवस्था पीडब्ल्यूडी करेगी, कहीं हाथ से रोड की वजह से होते हैं, पार्किंग की वजह से लड़ाई हो रही है, कहीं पास की वजह से लड़ाई हो रही है, तो उसमें सबको शांति तो बरतनी पड़ेगी ब्रदर। जी जी बिल्कुल, हम देखो यहाँ टूरिस्ट प्लेस पे रहते हैं, कई थोड़े गर्म दल के लोग भी आते हैं, गुस्से गुस्से में बात हो गई, किसी ने डंडा कट दिया, किसी ने कट्टा कट दिया, किसी ने पिस्टल कट दी। अगर तो कहीं ऐसे क्षेत्र में हम जा रहे हैं कि भाई वो ऐसा जोन है, डेंजरस जोन है, तब तो हम हर चीज अपने साथ लेके जाए, वो हर आदमी को अपनी सुरक्षा करने की इजाजत करनी पड़ेगी। अगर तो आप ऐसे जोन में जा रहे हैं तब तो माना कि हथियार ले जाना जरूरी है। जब हम टूरिस्ट प्लेस पे आ रहे हैं जनाब, तो किसी को इस तरह से हैवी होने की या कि थोड़े से गुस्से में बंदा अपना वेपन निकाल दे, कहीं पिस्टल वारदाताएं हो रही है, फिर कहते हैं कि गुस्से में कुछ भी हो सकता है। फिर जी जी जी, कहने का मतलब फिर आप जी दे हिसाब नाल देखो जी, जिन्हें मैंने गल समझ आई, जिन्हें मैंने गल समझ आई कि हिमाचल हम शिमला से खड़े हैं, अगर किसी भी पंजाबी भाई के साथ कहीं भी कोई गलत करते हुए हमारे को नजर आए, हम अपना मेरा भाई क्यों हम उसका बॉयकॉट करते हैं, हम बुराइयों का बॉयकॉट करते हैं, गलत करने वालों का बॉयकॉट करते हैं, वो मैं हूँ चाहे कोई भी हो, बॉयकॉट करो तो गलत कामों का बॉयकॉट करो। बहुत बहुत धन्यवाद वीर जी, बहुत बहुत धन्यवाद। जिन्नी की गल मैनू समझ आई जी कि हिमाचल से पंजाब के जो लोग ने वो एक ने प्यार ना रहिंदे ने, लेकिन कुछ शरारती अंसर ने जो सानू लड़ाने की कोशिश कर रहे ने, उन्होंने शरारती अंसरों को की कहना चाहोगे? उन्होंने भाजी आप यही कह रहे, रिक्वेस्ट कर रहे हैं भी थोड़े को दुनिया घूम आ रही है इतने, तुम इदा दफाव ना फैलाओ ना किसी झगड़े करो तुम, क्योंकि ये चीज़ा सही नहीं है, क्योंकि इन्होंने करके हूँ ये गल्ला हो रही है, जिहड़ियां ये गल्ला चल रही इन्होंने करके ही हो रही चीज़ा रोटी रोजगार बंद हो रोजगार है जी, हम कह रहे एकदम से बंद कर दो, असं टैक्सी चला जी ठीक है जी, हम गड्डी लैके आना इतने अच्छा आना इतने ठीक है जी। आप जी की शरारती अंसर की कहना चाहूँ? सर जी, टूरिस्ट के ऊपर यहाँ सारा काम है जी, हम भी आते हैं वो भी काम आप करते कहां से हैं सर? पहले मैं हरियाणा से, हरियाणा से, हरियाणा तो भी आंदे हैं जींद से, गुजरात तो भी आंदे, राजस्थान हर जगह तो आंदे हैं। हां जी, तो वही कह रहा हूं ना, थोड़ा सा मेल जोल बना के रखे, भाईचारा बना के काम करना, आज एक बार नहीं करना आगे के लिए भी करना जी। बिल्कुल ठीक है जी, बहुत बहुत शुक्रिया जी, प्यार ना रहो मिलजुल के रहो, बस इतनी बेनती प्रवान करनी।